ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਰਾਹੁਲ ਜੀ, ਸਾਰਿਆਂ ਨੂੰ ਪਹਿਲੇ ਅਸੀਂ ਤੁਹਾਨੂੰ ਜੀਆਂ ਆਖਦੇ ਹਾਂ। ਮੇਰੇ ਤੋਂ ਪਹਿਲੇ ਵੀ ਬੋਲਦੇ ਹੋਏ ਬੁਲਾਰਿਆਂ ਨੇ ਜਿਸ ਤਰ੍ਹਾਂ ਕਿਹਾ, ਇਸ ਮਹਾਨ ਦੇਸ਼ ਨੂੰ ਜੇ ਆਜ਼ਾਦੀ ਦਵਾਈ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਦਵਾਈ ਸੀ। ਜੇ ਆਜ਼ਾਦੀ ਰਾਹੁਲ ਜੀ ਬਰਕਰਾਰ ਰੱਖੀ ਤੇ 1980 ਤੇ 90 ਦੇ ਦਹਾਕਿਆਂ ਦੇ ਵਿੱਚ ਜਦੋਂ ਇੱਥੇ ਬੰਬ ਚੱਲਦੇ ਸੀ, ਗੋਲੀਆਂ ਚੱਲਦੀਆਂ ਸੀ, 2200 ਤੋਂ ਵੱਧ ਕਾਂਗਰਸ ਦੇ ਵਰਕਰਾਂ ਨੇ, ਕਾਂਗਰਸ ਦੇ ਕਾਡਰਸ ਨੇ, ਕਾਂਗਰਸ ਦੇ ਲੀਡਰਸ ਨੇ ਆਪਣੀ ਸ਼ਹਾਦਤ ਦੇ ਕੇ ਇਸ ਦੇਸ਼ ਦੀ ਯੂਨਿਟੀ ਅਤੇ ਇੰਟੀਗ੍ਰਿਟੀ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਉਸ ਨੂੰ ਬਹਾਲ ਰੱਖਿਆ। ਅੱਜ ਮੈਂ ਤੁਹਾਨੂੰ ਮੁਬਾਰਕ ਦੇਣਾ ਚਾਹੁੰਦਾ, ਸਮੁੱਚਾ ਦੇਸ਼ ਇੰਡੀਅਨ ਨੈਸ਼ਨਲ ਕਾਂਗਰਸ ਤੇ ਅਤੇ ਤੁਹਾਡੇ ਵੱਲ, ਗਾਂਧੀ ਪਰਿਵਾਰ ਵੱਲ ਤੱਕ ਰਿਹਾ ਸੀ ਕਿ ਜਿਹੜੀਆਂ ਫਿਰਕੂ ਪਾਰਟੀਆਂ ਨੇ ਇਹਨਾਂ ਨੂੰ ਜਵਾਬ ਦੇਣ ਵਾਸਤੇ ਕੋਈ ਨਾ ਕੋਈ ਤਗੜਾ ਲੀਡਰ ਉੱਠੇ ਤੇ ਸਾਰੀਆਂ ਕੌਮਾਂ ਨੂੰ, ਸਾਰੇ ਦੇਸ਼ ਨੂੰ ਇਕੱਠੇ ਕਰਨ ਦਾ ਉਪਰਾਲਾ ਕਰੇ। 3750 ਕਿਲੋਮੀਟਰ ਚੱਲ ਕੇ ਗੱਲ ਕਹਿ ਦੇਣੀ ਬੜੀ ਸੌਖੀ। ਆ ਜਿਹੜੇ ਬਾਕੀ ਦੇ ਲੀਡਰ ਨੇ, ਮੈਂ ਇਹਨਾਂ ਨੂੰ ਕਹਿੰਦਾ ਕੋਈ 50 ਕਿਲੋਮੀਟਰ ਹੀ ਚੱਲ ਕੇ ਵਿਖਾਓ। 3750 ਕਿਲੋਮੀਟਰ 5 ਮਹੀਨੇ ਲਗਾਤਾਰ ਕੰਨਿਆਕੁਮਾਰੀ ਤੋਂ ਲੈ ਕੇ ਹੁਣ ਕਸ਼ਮੀਰ ਨੂੰ 30 ਤਰੀਕ ਵਾਲੇ ਦਿਨ 30 ਜਨਵਰੀ ਨੂੰ ਸ੍ਰੀਨਗਰ ਦੇ ਵਿੱਚ ਦੇਸ਼ ਦਾ ਝੰਡਾ ਲਹਿਰਾਉਣਗੇ। ਅਸੀਂ ਤੁਹਾਨੂੰ ਜੀਆਂ ਆਖਦੇ, ਜੇ ਸੂਬੇ ਵਿੱਚ ਤੁਸੀਂ ਆਏ ਹੋ ਰਾਹੁਲ ਜੀ, ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਸ ਟਾਈਮ ਲੋਕਾਂ ਨੇ ਇੱਕ ਨਵਾਂ ਐਕਸਪੈਰੀਮੈਂਟ ਕੀਤਾ, ਰਵਾਇਤੀ ਪਾਰਟੀਆਂ ਨੂੰ ਨਜ਼ਰਅੰਦਾਜ਼ ਕਰਕੇ, ਕਿਉਂਕਿ ਅਸੀਂ ਉਹਨਾਂ ਦੀਆਂ ਲੋਕਾਂ ਦੀਆਂ ਆਸਾਂ ਉਮੀਦ ਤੇ ਨਹੀਂ ਸੀ ਪੂਰੇ ਉਤਰ ਸਕੇ। ਸਾਡੇ ਵਿੱਚ ਕਮੀਆਂ ਸਨ, ਉਹ ਕਮੀਆਂ ਆਉਂਦੇ ਵਕਤ ਸਾਨੂੰ ਦੂਰ ਕਰਨੀਆਂ ਪੈਣਗੀਆਂ। ਸਾਫ਼ ਸੁਥਰੇ ਚਿਹਰੇ ਲਿਆਉਣੇ ਪੈਣਗੇ, ਚੰਗੇ ਲੋਕ ਲਿਆਉਣੇ ਪੈਣਗੇ, ਸਾਡੀ ਪਾਰਟੀ ਨਾਲ ਜੁੜੇ ਹੋਏ ਆਈਡੀਓਲੋਜੀ ਦੇ ਲੋਕ ਲੈ ਕੇ ਆਉਣੇ ਪੈਣਗੇ। ਕਾਂਗਰਸ ਦੀ ਸੋਚ ਨਾਲ ਜੁੜੇ ਹੋਏ ਲੋਕ ਹੁੰਦੇ ਤੇ ਜੋ ਸਾਡਾ ਹਾਲ ਹੋਇਆ ਕਦੀ ਵੀ ਨਾ ਹੁੰਦਾ। ਤੋ ਇਸ ਗੱਲ ਕਾਰਨ ਮੈਂ ਕਹਿਣਾ ਚਾਹੁੰਦਾ, ਜਿਹੜਾ ਬਦਲਾਅ ਆਇਆ ਇਹਨੇ ਕੰਪਲੀਟ ਪੰਜਾਬ ਨੂੰ ਅੱਜ ਫੇਲ ਕਰ ਦਿੱਤਾ। ਕਿਸੇ ਆਦਮੀ ਦੀ ਰਾਹੁਲ ਜੀ ਜ਼ਿੰਦਗੀ ਮਹਿਫੂਜ਼ ਨਹੀਂ, ਕਿਸੇ ਦਾ ਮਾਲ ਮਹਿਫੂਜ਼ ਨਹੀਂ। ਤਿੰਨੋਂ ਪਾਸੇ ਸਾਡੇ ਤੇ ਅਟੈਕ ਚੱਲ ਰਿਹਾ, ਪਾਕਿਸਤਾਨ ਚੋਂ ਬਾਰਡਰਾਂ ਤੋਂ ਅਕਰੋਸ ਹਰ ਰੋਜ਼ ਸੋਫਿਸਟੀਕੇਟਡ ਹਥਿਆਰ ਪੰਜਾਬ ਦੇ ਵਿੱਚ ਆ ਰਹੇ ਨੇ, ਨਸ਼ਾ ਇੱਥੇ ਆ ਰਿਹਾ। ਸੈਂਟਰ ਦੀ ਏਜੰਸੀਆਂ ਪੰਜਾਬ ਦੇ ਹਾਲਾਤ ਵਿਗਾੜਨ ਦੀ ਪਰ ਜ਼ੋਰ ਕੋਸ਼ਿਸ਼ ਕਰ ਰਹੀਆਂ। ਜਦੋਂ ਪੰਜਾਬ ਜਾਗਦਾ ਰਾਹੁਲ ਜੀ, ਉਦੋਂ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਹੁੰਦਾ, ਜਦੋਂ ਉਹ ਜਾਗਦਾ ਪੰਜਾਬ ਸੁੱਤਾ ਹੁੰਦਾ। ਬਦਕਿਸਮਤੀ ਸਾਡੀ ਇਹ ਹੈ, ਰਿਮੋਟ ਕੰਟਰੋਲ ਨਾਲ ਚੱਲ ਰਿਹਾ ਪੰਜਾਬ। ਪੰਜਾਬ ਨੇ ਵੋਟਾਂ ਪਾਈਆਂ ਸੀ ਭਗਵੰਤ ਮਾਨ ਨੂੰ, ਰਾਜ ਕਰ ਰਿਹਾ ਕੇਜਰੀਵਾਲ, ਇੱਥੇ ਰਾਜ ਕਰ ਰਿਹਾ ਰਾਘਵ ਚੱਡਾ, ਇੱਥੇ ਰਾਜ ਕਰ ਰਿਹਾ ਨਵਲ ਅਗਰਵਾਲ। ਰਿਮੋਟ ਦੇ ਨਾਲ ਪੈਰਲਲ ਸਰਕਾਰ ਚੱਲ ਰਹੀ ਹੈ। ਪੀਸੀਐਸ ਅਫਸਰ ਖਿਲਾਫ, ਆਈਏਐਸ ਅਫਸਰ ਖਿਲਾਫ ਬਗਾਵਤ ਹੋ ਚੁੱਕੀ ਹੈ, ਕਿਉਂਕਿ ਦੋ ਪੈਰਲਲ ਸੈਂਟਰ ਇੱਥੇ ਚੱਲ ਰਹੇ। ਇਸ ਸਾਰੀ ਗੱਲ ਵਾਸਤੇ ਪੰਜਾਬੀਆਂ ਨੂੰ ਉੱਠਣਾ ਪਏਗਾ। ਅੱਜ ਤੁਸੀਂ ਵੇਖੋ ਜ਼ੀਰੇ ਦਾ ਕੱਲ ਹੀ ਇਹਨਾਂ ਫੈਸਲਾ ਲਿਆ ਫੈਕਟਰੀ ਬੰਦ ਕਰਨ ਦਾ। ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ, ਓਏ ਜਿਹੜਾ ਭਗਵੰਤ ਮਾਨ ਨੇ ਕੰਮ ਕੀਤਾ ਇਹਦੇ ਤੋਂ ਵੀ ਬਚਾਅ ਰੱਖੋ। ਇਹਨੂੰ ਪਤਾ ਕਾਨੂੰਨੀ ਤੌਰ ਤੇ ਮੈਂ ਕੰਮ ਕਰ ਨਹੀਂ ਸਕਦਾ,
ਕਾਨੂੰਨ ਨੇ ਹਾਈ ਕੋਰਟ ਨੇ ਸਟੇ ਕਰ ਦੇਣਾ। ਮੈਂ ਲੋਕਾਂ ਵਿੱਚ ਸੱਚੇ ਹੋਣ ਵਾਸਤੇ ਸਾਰਾ ਡਰਾਮਾ ਰਚਾਇਆ ਜਾ ਰਿਹਾ। ਇਸ ਤੋਂ ਪਹਿਲੇ ਮੱਤੇਵਾੜੇ 'ਚ 2 ਕਦਮ ਅੱਗੇ ਚੱਲਦੇ ਨੇ, 7 ਕਦਮ ਪਿਛਾਂਹ ਨੂੰ ਚੱਲਦੇ ਨੇ। ਤੋ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ, ਤਗੜੇ ਹੋਵੋ, ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ। ਆ ਜਿਹੜੇ ਰੋਜ਼ ਛੱਡ ਛੱਡ ਕੇ ਜਾ ਰਹੇ ਨੇ, ਇਹ ਪਹਿਲੇ ਹੀ ਸਾਡੇ ਨੇ, ਇਹ ਸਾਡੀ ਪਾਰਕੂ ਨਜ਼ਰ ਨੇ ਪਹਿਲੇ ਧੋਖਾ ਕੱਢ। ਓਏ ਸੋਏ, ਆ ਜਿਹੜਾ ਹੁਣ ਗਿਆ ਜੇ, ਜਿਹੜਾ ਕੱਲ ਗਿਆ, ਇਹਦੇ ਤਾਏ ਨੇ ਤੇ ਖਾਕੀ ਰੰਗ ਦੀ ਨਿੱਕਰ ਪਜਾਮੇ ਦੇ ਥੱਲੇ ਪਾਈ ਸੀ, ਇਹਨੇ ਤੇ ਹੁਣ ਪਜਾਮੇ ਦੇ ਉੱਤੋਂ ਦੀ ਪਾ ਲਈ। ਇਹ ਸਾਡੀ ਪਹਿਲੇ ਅਕਾਲੀ ਦਲ ਦਾ ਫਾਈਨੈਂਸ ਮਿਨਿਸਟਰ ਸੀ, ਉਹਨਾਂ ਦਾ ਭੋਗ ਪਾਇਆ, ਫਿਰ ਇਹ ਸਾਡਾ ਪਾ ਗਿਆ, ਹੁਣ ਇਹ ਅੰਤਮ ਅਰਦਾਸ ਕਰਨ ਵਾਸਤੇ ਭਾਜਪਾ ਦੀ ਉੱਥੇ ਪਹੁੰਚ ਗਿਆ। ਇਹ ਜਿੰਨਾ ਗੰਦ ਮੰਦ ਹੈ ਰਾਹੁਲ ਜੀ, ਕੱਢ ਦੋ ਟਾਈਮ ਸਿਰ, ਸੁਚੱਜੇ ਬੰਦੇ, ਸਿਆਣੇ ਬੰਦੇ, ਸਾਫ਼ ਸੁਥਰੀ ਇਮੇਜ ਵਾਲੇ ਲਿਆਈਏ। ਆ ਠੱਗ ਠੋਰਿਆਂ ਤੋਂ ਬਚੀ ਅਸੀਂ, ਜੇ ਕਾਂਗਰਸ ਨੂੰ ਅੱਗੇ ਲੈ ਕੇ ਆਣਾ, ਸਾਫ਼ ਸੁਥਰੀ ਇਮੇਜ ਵਾਲੇ ਬੰਦੇ, ਦ੍ਰਿੜਤਾ ਵਾਲੇ ਬੰਦੇ, ਕਾਂਗਰਸ ਦੀ ਆਈਡੀਓਲੋਜੀ ਵਾਲੇ ਬੰਦੇ ਲੈ ਕੇ ਆਣੇ ਪੈਣਗੇ। ਆ ਪੈਰਾਸ਼ੂਟਰਾਂ ਦਾ ਕੰਮ ਨਹੀਂ ਜੇ ਚੱਲਣਾ, ਪੈਰਾਸ਼ੂਟਰਾਂ ਨੇ ਅੱਗੇ ਕਾਂਗਰਸ ਨੂੰ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ ਸਨ। ਸੋ ਲੰਬਾ ਨਾ ਜਾਂਦਾ ਹੋਇਆ, ਮੈਂ ਤੁਹਾਨੂੰ ਵੈਲਕਮ ਕਰਨਾ, ਰਾਹੁਲ ਜੀ ਮੇਰੇ ਵੱਲ ਥੋੜਾ ਜਿਹਾ ਧਿਆਨ ਕਰਿਓ। ਤੁਹਾਡੇ ਪੜਨਾਨਾ ਜੀ ਨੇ ਪੰਜਾਬ ਦੇ ਵਿੱਚ ਭਾਖੜਾ ਦਿੱਤਾ, ਤੁਹਾਡੇ ਪੜਨਾਨਾ ਜੀ ਨੇ ਹਰੀ ਕ੍ਰਾਂਤੀ ਦਿੱਤੀ, ਹੁਣ ਦੂਜੀ ਹਰੀ ਕ੍ਰਾਂਤੀ ਦੀ ਲੋੜ ਹੈ। ਉਹ ਅੱਜ ਵਾਅਦਾ ਕਰਕੇ ਜਾਇਓ ਇੱਥੇ, ਜਦੋਂ 24 ਦੇ ਵਿੱਚ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣਾ ਸੀ, ਕਿਸੇ ਹੋਰ ਨੂੰ ਨਹੀਂ ਜੇ ਬਣਾਉਣਾ, ਇਹ ਵੀ ਫੈਸਲਾ ਇੱਥੇ ਸੁਣਾ ਕੇ ਜਾਇਓ। ਇਹ ਨਾ ਹੋਏ ਅਸੀਂ ਜਿਤਾ ਕੇ ਕੱਲੀਏ, ਤੁਸੀਂ ਕਹੋਣਾ ਦੂਜੇ ਨੂੰ ਬਣਾ ਦਿਓ, ਅਸੀਂ ਨਹੀਂ ਜੇ ਬਣਨਾ। ਆ ਗੱਲ ਸਟੇਜ ਤੋਂ ਸੁਣ ਲਓ, ਪ੍ਰਧਾਨ ਮੰਤਰੀ ਤੁਸੀਂ ਹੀ ਰਹੋਗੇ, ਅਸੀਂ ਹੋਰ ਨਹੀਂ ਜੇ ਕੋਈ ਵੀ ਫਰਜ਼ੀ ਬਣਾਉਣਾ। ਆ ਕਈ ਪਹਿਲੇ ਲੈ ਆਉਂਦੇ ਨੇ, ਇਹਨੂੰ ਬਣਾ ਦਿਓ ਜੀ, ਅਸੀਂ ਨਹੀਂ ਜੇ ਬਣਨਾ, ਅਸੀਂ ਕੱਲਾ ਤੁਹਾਨੂੰ ਮਿਲਣਾ। ਤੇ ਪੰਜਾਬ ਦੇ ਵਿੱਚ ਗੱਲ ਪੱਕੀ ਸੁਣ ਲਓ, ਦੂਜੀ ਹਰੀ ਕ੍ਰਾਂਤੀ ਤੁਸੀਂ ਲੈ ਕੇ ਆਣੀ। ਇਹ ਜਿਹੜੀ ਅਗਨੀ ਪਥ ਫੌਜੀਆਂ ਨੂੰ ਠੇਕੇ ਤੇ ਰੱਖ ਲਿਆ, ਕਦੀ ਬਾਰਡਰਾਂ ਤੇ ਫੌਜ, ਕਦੀ ਠੇਕੇ ਵਾਲੀਆਂ ਫੌਜਾਂ ਵੀ ਲੜਦੀਆਂ ਹੁੰਦੀਆਂ, ਅਜੇ ਕਿਰਾਏ ਦੇ ਫੌਜੀ ਵੀ ਕਦੀ ਸੁਣੇ ਜੇ ਲੜਦੇ। ਇਹ ਅਗਨੀ ਪਥ ਵੀ ਰੋਕਣਾ, ਰੈਗੂਲਰ ਭਰਤੀ ਉਸ ਤਰ੍ਹਾਂ ਹੀ ਚੱਲੇਗੀ ਜਿਸ ਤਰ੍ਹਾਂ ਪਹਿਲੀ ਹੁੰਦੀ ਆਈ ਹੈ। ਤਾਂ ਮੈਂ ਜਿਹੜੇ ਵੀਰ ਮੇਰੇ ਰਾਹੁਲ ਗਾਂਧੀ ਨੂੰ ਆਉਂਦੇ ਟਾਈਮ ਚ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਨੇ, ਬਾਹਾਂ ਖੜੀਆਂ ਕਰਕੇ ਇੱਕ ਵਾਰ ਲਲਕਾਰਾ ਛੱਡੋ। ਹੁਣ ਮੈਂ ਇੱਕ ਜਕਾਰਾ ਛੱਡਣ ਲੱਗਾ, ਦੋ ਤਗੜੇ ਹੋ ਕੇ ਇਹ ਆਵਾਜ਼ ਜਿਹੜੀ ਹੈ ਇੱਕ ਪਾਸੇ। ਰਾਹੁਲ ਜੀ ਕਹਿੰਦੇ ਕਿ ਹਿੰਦੀ ਚ ਕ੍ਰਾਂਤੀ ਵਾਲੀ ਗੱਲ ਦੁਬਾਰਾ ਬੋਲੋ, ਕਿਹੜੀ ਕ੍ਰਾਂਤੀ? ਹਾਂ, ਅਗਰ ਹਿੰਦੀ ਮੈਂ ਆਪ ਚਾਹਤੇ ਮੈਂ ਬਤਾਤਾ ਹੂੰ, ਜਵਾਹਰ ਲਾਲ ਨਹਿਰੂ, ਸਮਝ ਗਏ ਆਪ, ਹਮ ਵੋ ਕ੍ਰਾਂਤੀ ਤੋ ਹਮ ਲੈ ਹੀ ਆਏਂਗੇ, ਹਮ ਇਹ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਕੇ ਕੈਂਡੀਡੇਟ ਆਪ ਹਮਾਰੇ ਹੋਂਗੇ, ਹਮੇ ਕਿਸੀ ਔਰ ਪ੍ਰੋਕਸੀ ਕੋ ਨਹੀਂ ਜਮਾਨਨਾ। ਇਹ ਬਾਤ ਅੱਛੀ ਤਰ੍ਹਾਂ ਸਮਝ ਲੀਜੀ, ਆਗੇ ਹੀ ਪ੍ਰੋਕਸੀ ਰੂਲ ਨੇ ਹਮਾਰਾ ਨੁਕਸਾਨ ਬਹੁਤ ਕੀਆ। ਤੋ ਮੈਂ ਲੰਬਾ ਨਾ ਜਾਂਦਾ, ਹੁਣ ਇੱਕ ਜਕਾਰਾ ਛੱਡੋ, ਬਾਵਾਂ ਖੜੀਆਂ ਕਰਕੇ, ਰਾਹੁਲ ਗਾਂਧੀ, ਰਾਹੁਲ ਗਾਂਧੀ, ਖੜਗੇ ਸਾਹਿਬ, ਇੰਡੀਅਨ ਨੈਸ਼ਨਲ ਕਾਂਗਰਸ, ਬੋਲੇ ਸੋ।